आनंद म्यूजिक प्रेजेंट्स। मेरे दिल च मचाती खलबली, तेरे पीछे मैं दे दूंगा गवांडियां दे कुत्ते दी बली। अनारकली उड़ता तेरा ते मेरा ब्याह होगा, अपा दुनिया तो दूर चले जावांगे, इत्थे इक तू होवे ते इक मैं होवां, मेरी अनारकली। कर ले क्यों मेरे जींदे, नहीं इतना फिर नहीं होंदे। मित्रां दी छतरी तां उड़ गई, सुपने विच लई जांदी है, इहदे तां मैं पौणा थोड़ा। बे नारकली दे रांझिया, आ गया तू, तेरी आए सुधरना, मैं बनाउणी तैनूं बंदा। नी रांझे दी भैणे, की दिनी सुपने लई जानी है, मैं तेरा प्राणनाथ हां, कदे तां प्यार नाल डार्लिंग कह दिया कर। जा दुध लै के आ, मैं थक्के आया। मैं बनाउणी तैनूं त्योड़, मैनूं सुपने सब कुछ पता लग गया। गबरू जमी पट के रखता हुण जी, जो मैं ता गली चो लगदा ना मोहल्ले दे सारे कुत्ते तेरे मगर हो लंदे ने, वी आ मंगदा कड़ा हो गया मंगणा। तू ऐनी लोटोंदी, तेरी सर्विस करी नु टाइम हो गया, तेरी मां करदा रिपेयर। तू मां बणाउणा फिर जा, ओ मेरी गल ता सुन लो, क्यों लड़ी जांदे हो ज्यादा ज्यादा ही सिर च। ओए तेनू पता नहीं सी कम लगे हुए, चिट्ठी आई है, चिट्ठी आई है। चिट्ठी पता नहीं केड़े बेटाइम आ गई, खराब कर दिया सानू पांडी हो गया चिट्ठी। चलो जी थोनू एक गल पूछा, आपा घर च जी घट नहीं है? लगता है पेक्या तो किसी ने आना है, तेरा मलंग जा वीर ही ना आजे। जे तो तेरे पेक्या तो किसी ने आना है, फिर तो आपा पहले ही बथेरे हैं जी। देखो जी, आना तो मेरे पेक्या तो ही है, पर मेरी भूआ की कुड़ी नहीं आना है। जब मैं भूआ के भोग दे गई सी ना, उदों कह के आई सी भी हुण तेरा इत्थे जी नहीं लगना, घर खाली खाली हो गया। तू 5-7 दिन साढ़े को ला दी, नाले तेरा जी लग्या रहूगा, नाले साडा जी लग्या रहूगा। है हुण ओह सोमवार नूं आ रही है। अच्छा हाँ। मेरी साली साहिबा आऊगी, ओह गल है, ओह तां आ रही है सोमवार नूं। हां फिर आपां हुण वाली लड़ाई दे क्यों नजारे खराब करिए। हां चलो लड़िए। तू दस वी तू केड़ी गल ते सी? मैं केड़ी गल ते सी जी? हां मैनूं याद आ गया, मैं तां तैनूं तक्खू दाणा।
ਭਾਬੀ ਸਾਹਿਬ ਆਉਂਦੀ ਪੈਣ ਮੇਰੀ ਭੈਣ ਆਈ ਹੈ ਰਾਣੂ ਹੋਰ ਰਾਣੂ ਸਤਿ ਸ਼੍ਰੀ ਅਕਾਲ ਕਿਸੇ ਕਿਸਮ ਦੀ ਤਕਲੀਫ ਤਾਂ ਨਹੀਂ ਹੋਈ ਤੈਨੂੰ ਤਾਂ ਹੀ ਤਾਂ ਮੈਂ ਆਪਣੇ ਦਿਓਰ ਨੂੰ ਲੈਣ ਭੇਜਿਆ ਸੀ ਤੈਨੂੰ ਵੀ ਕਿਤੇ ਰਸਤਾ ਹੀ ਨਾ ਭੁੱਲ ਜਵੇ ਮੇਰੀ ਭੈਣ ਚੱਲ ਤੂੰ ਬੈਠ ਰਾਣੂ ਮੈਂ ਪਾਣੀ ਲੈ ਕੇ ਆਉਂਦੀ ਹਾਂ ਲੈ ਜਾ ਭਾਬੀ ਇਹ ਤੇਰੀ ਭੈਣ ਹੀ ਹੈ ਹਾਂ ਮੇਰੀ ਭੈਣ ਹੈ ਅੱਛਾ ਮੈਂ ਵੀ ਕਿਹਾ ਕਿਤੇ ਤੇਰੀ ਭੈਣ ਹੀ ਹੈ ਲੈ ਰਾਣੂ ਪਾਣੀ ਪੀ ਭਾਬੀ ਇਹ ਤੇਰੀ ਭੈਣ ਹੀ ਹੈ ਨਾ ਬਈ ਆਹੋ ਮੇਰੀ ਭੂਆ ਦੀ ਕੁੜੀ ਮੇਰੀ ਭੈਣੇ ਲੱਗੀ ਹਾਂ ਤੇਰੀ ਭੂਆ ਦੀ ਕੁੜੀ ਤੇਰੀ ਭੈਣ ਹੀ ਲੱਗੀ ਤੇਰੀ ਭੈਣ ਹੀ ਹੈ ਚੰਗਾ ਤੂੰ ਜਾ ਖੇਤ ਨੂੰ ਨਾਲੇ ਆਪਣੇ ਵੀਰੇ ਨੂੰ ਦੱਸਦੀ ਵੀ ਰਾਣੋ ਆਈ ਹੈ ਚੱਲ ਠੀਕ ਹੈ ਭਾਬੀ ਮੈਂ ਜਾਣਾ ਚੰਗਾ ਭਾਬੀ ਬਾਏ ਹਾਂ ਜਾ ਨੀ ਪ੍ਰੀਤੋ ਤੂੰ ਮੇਰੇ ਤੇ ਸ਼ੱਕ ਨਾ ਕਰਿਆ ਕਰ ਮੈਂ ਨਾਲੇ ਇਹੋ ਜਿਹਾ ਨਹੀਂ ਹੈਗਾ ਸ਼ੱਕ ਤਾਂ ਘਰ ਪੱਟ ਦਿੰਦਾ ਨਹੀਂ ਪ੍ਰੀਤੋ ਤੂੰ ਮੈਨੂੰ ਤਲਾਕ ਨਹੀਂ ਦੇ ਸਕਦੀ ਤੂੰ ਪੁਲਿਸ ਲੈ ਕੇ ਨਹੀਂ ਆ ਸਕਦੀ ਤਲਾਕ ਦੇ ਕਾਗਜ਼ ਲੈ ਕੇ ਨਾ ਆ ਪ੍ਰੀਤੋ ਤੂੰ ਮੇਰੇ ਤੇ ਸ਼ੱਕ ਨਾ ਕਰ ਤੇ ਸ਼ੱਕ ਘਰ ਪੱਟ ਦਿੰਦਾ ਪ੍ਰੀਤੋ ਨਹੀਂ ਪ੍ਰੀਤੋ ਤੂੰ ਮੇਰੇ ਤੇ ਸ਼ੱਕ ਨਾ ਉਹ ਬਾਈ ਤੂੰ ਇੱਥੇ ਕੀ ਕਰੀ ਜਾਂਦਾ ਉਹ ਘਰੇ ਆ ਗਈ ਉਹ ਪੁਲਿਸ ਆ ਗਈ ਓਏ ਉਹ ਤਲਾਕ ਦੇ ਕਾਗਜ਼ ਲੈ ਕੇ ਪੁਲਿਸ ਆ ਗਈ ਓਏ ਪ੍ਰੀਤੋ ਤੂੰ ਮੇਰੇ ਤੇ ਸ਼ੱਕ ਕਰਕੇ ਘਰ ਪੱਟਤਾ ਪੁਲਿਸ ਆ ਗਈ ਉਹ ਨਹੀਂ ਬਾਈ ਘਰੇ ਨਾ ਉਹ ਆ ਗਈ ਦੂਜੀ ਅੱਛਾ ਕੁੰਡੀ ਫੜੀ ਗਈ ਬਾਈ ਸੋਲੀ ਤੂੰ 50 ਵਾਰੀ ਕਹਿ ਵੀ ਕੁੰਡੀ ਨਾ ਲਾ ਕਰ ਦਿਨੇ ਲਾ ਦਿਆ ਕਰ ਹੁਣ ਕਰਵਾਤਾ ਜੁਰਮਾਨਾ ਬਿਜਲੀ ਵਾਲਿਆਂ ਦੀ ਗੱਡੀ ਆ ਗਈ ਬਿਜਲੀ ਵਾਲਿਆਂ ਦੀ ਗੱਡੀ ਕਾਹਨੂੰ ਆ ਗਈ ਘਰੇ ਨਾ ਤੇਰੀ ਸਾਲੀ ਆ ਗਈ ਅੱਛਾ ਮੇਰੀ ਸਾਲੀ ਆ ਗਈ ਟਾਈਮ ਕਿੰਨਾ ਹੋ ਗਿਆ ਉਹ ਮਕੈਨਿਕ ਦੇ ਪਈ ਯਾਰ ਮਕੈਨਿਕ ਦੇ ਪਈ ਆ ਮੇਰੀ ਸਾਲੀ ਮਕੈਨਿਕ ਦੇ ਮੇਰੀ ਸਾਲੀ ਪਈ ਕੀ ਕਰਦੀ ਹੈ ਉਹ ਬਾਈ ਕਿਹੜੀਆਂ ਗੱਲਾਂ ਕਰੀ ਜਾਂਦਾ ਮਕੈਨਿਕ ਦੇ ਤੇਰੀ ਸਾਲੀ ਨਹੀਂ ਪਈ ਮੇਰੀ ਘੜੀ ਪਈ ਹੈ ਘੜੀ ਪਈ ਹੈ ਫਿਰ ਤੂੰ ਐਂ ਕਰ ਤੂੰ ਰਹਿ ਖੇਤ ਮੈਂ ਮੇਰੀ ਸਾਲੀ ਨੂੰ ਮਿਲ ਕੇ ਆਉਣਾ ਮੈਂ ਜਾਣਾ ਬਾਈ ਉਹ ਗੱਲ ਤਾਂ ਸੁਣ ਜਾ ਤੈਨੂੰ ਉਹਦੀ ਕਾਹਲੀ ਪੈ ਗਈ ਸਾਲੀ ਨੂੰ ਮਿਲਣ ਦੀ ਪੂਰਾ ਤੇਰੀ ਸਾਲੀ ਦੇ ਨਾ ਮੇਰਾ ਗੇੜਾ ਦੇਖ ਲਾ ਫਿਰ ਤੇਰੇ ਬਿਨਾਂ ਮੇਰਾ ਕੌਣ ਹੈ ਬਾਈ ਜੇ ਤੂੰ ਗੱਲ ਕਰਾ ਦੇਣਾ ਧਰਮ ਨਾਲ ਸਾਰੀ ਉਮਰ ਤੇਰਾ ਪਾਣੀ ਭਰੀ ਅੱਛਾ ਮੇਰੀ ਸਾਲੀ ਸਾਹਿਬਾ ਤੇ ਤੇਰਾ ਦਿਲ ਆ ਗਿਆ ਹਾਂ ਬਾਈ ਠੀਕ ਹੈ ਭਾਈ ਮਾਂ ਬਾਪ ਤਾਂ ਆਪਣੇ ਹੈ ਨਹੀਂ ਭਾਈ ਤੋਂ ਬਣ ਜਾਂਦੇ ਹਾਂ ਫਿਰ ਸਾਡੂ ਤੂੰ ਵੱਢ ਖੇਤ ਪੱਠੇ ਮੈਂ ਜਾ ਕੇ ਮੇਰੀ ਸਾਲੀ ਨਾਲ ਗੱਲ ਕਰਦਾ ਨਾਲੇ ਗੱਲ ਇੱਕ ਹੋਰ ਸੁਣ ਲੈ ਉਹਨਾਂ ਨੂੰ ਹੋ ਤੂੰ ਪ੍ਰੀਤੋ ਨੂੰ ਨਹੀਂ ਇਹ ਗੱਲ ਦੱਸਣੀ ਉਹ ਤਾਂ ਮੇਰੇ ਆਪ ਹੀ ਮਸਾਂ ਵੱਸਦੀ ਹੈ ਉਹਦਾ ਕੀ ਪਤਾ ਪਹਿਲਾਂ ਹੀ ਜਵਾਬ ਦਵਾ ਦੇ ਉਹਦੇ ਬਿਨਾਂ ਦੱਸੇ ਕੰਮ ਤੇਰਾ ਮੈਂ ਕਰ ਦੂੰ ਮੈਂ ਜਾਂਦਾ ਘਰੇ ਤੂੰ ਰਹਿ ਖੇਤ ਮੈਂ ਚੱਲਦਾ ਆ ਮੋਟਰਸਾਈਕਲ ਲੈ ਜਾ ਫਿਰ ਪਹੁੰਚ ਗਏ ਸਾਲੀ ਸਾਹਿਬ ਹਾਂਜੀ ਜੀਜਾ ਜੀ ਅੱਛਾ ਫਿਰ ਚਾਹ ਚੂ ਪੀ ਲਈ ਹਾਂਜੀ ਨਾ ਵੀ ਐ ਨਹੀਂ ਗੱਲ ਬਣਦੀ ਸਾਲੀ ਸਾਹਿਬ ਮੇਰੇ ਨਾਲ ਵੀ ਚਾਹ ਪੀਣੀ ਪਊਗੀ ਪ੍ਰੀਤੋ ਜਾਏ ਕਰ ਚਾਹ ਬਣਾ ਕੇ ਲੈ ਕੇ ਕੱਪੀ ਕੱਪੀ ਉਹ ਇੱਕ ਮਿੰਟ ਤੂੰ ਚਾਹ ਨੂੰ ਛੱਡ ਦੁੱਧ 'ਚ ਪੱਤੀ ਪਾ ਲਿਆ ਅਸੀਂ ਜੀਜਾ ਸਾਲੀ ਕਰਦੇ ਹਾਂ ਦੁੱਖ ਸੁੱਖ ਦੀਆਂ ਗੱਲਾਂ ਹੋਰ ਫਿਰ ਰਾਣੋ ਘਰੇ ਪਰਿਵਾਰ ਸਾਰਾ ਠੀਕ ਸੀ ਹਾਂਜੀ ਠੀਕ ਸੀ ਬਾਣੀਆਂ ਵਾਂਗੂ ਗਿੱਲਾ ਪੀਣਾ ਜਾਂ ਪਾਉਣ ਦਾ ਕੋਈ ਫਾਇਦਾ ਨਹੀਂ ਸਿੱਧਾ ਠਾ ਸੋਟਾਂ ਮਾਰਦੇ ਹਾਂ ਛੋਟੇ ਵਾਲੀ ਗੱਲ ਹੁਣ ਕਰ ਹੀ ਲੈਂਦੇ ਹਾਂ ਨਾਲੇ ਹੁਣ ਪ੍ਰੀਤੋ ਨਹੀਂ ਹਾਂ ਵੀ ਸਾਲੀ ਸਾਹਿਬ ਗੱਲ ਐ ਸੀ ਵੀ ਨਾ ਮੈਂ ਕਈ ਵਾਰੀ ਸੋਚਿਆ ਵੀ ਤੇਰੇ ਪਿੰਡ ਜਾ ਕੇ ਨਾ ਤੇਰੇ ਨਾਲ ਇੱਕ ਗੱਲ ਕਰ ਹੀ ਲਵਾਂ ਕਈ ਵਾਰੀ ਸਲਾਹ ਜੀ ਬਣਾਈ ਪਰ ਸਲਾਹ ਜੀ ਸਾਲੀ ਬਣੀ ਵੀ ਨਹੀਂ ਗੱਲ ਐ ਸੀ ਮੈਂ ਨਾ ਤੇਰੇ ਨਾਲ ਇੱਕ ਦਿਲ ਦੀ ਗੱਲ ਕਰਨੀ ਸੀ ਹੈ ਇਹ ਕਿਹੜੀ ਦਿਲ ਦੀ ਗੱਲ ਕਰਨ ਨੂੰ ਫਿਰਦਾ ਚੱਲ ਜੀਜਾ ਸਾਲੀ ਖਾਸੇ ਚਿਰਾਂ ਬਾਅਦ ਇਕੱਠੇ ਹੋਏ ਨੇ ਕਰ ਲੈਣ ਗੱਲਾਂ ਦਿਲ ਦੀ ਗੱਲ ਆ ਲਓ ਦੁੱਧ ਪੀਓ ਆ ਲਓ ਜੇ ਇਹਦੇ ਸਾਹਮਣੇ ਗੱਲ ਕਰਦੇ ਆ ਕਿਤੇ ਭਾਨੀ ਉਹ ਨਾ ਮਾਰ ਦੇ ਨਾਲੇ ਤਾਂ ਮੈਨੂੰ ਹੀ ਨਹੀਂ ਜਰਦੀ ਛੋਟੇ ਨੂੰ ਕਿੱਥੋਂ ਜਰੂਗੀ ਇਹ ਤੋਂ ਬਿਹਤਰ ਤਾਂ ਇਹੀ ਹੈ ਵੀ ਆਪਾਂ ਹੁਣ ਚੁੱਪੀ ਕਰ ਜਾਈਏ ਫੇਰ ਹੀ ਕਰਾਂਗੇ ਗੱਲ ਜਦੋਂ ਬਾਈ ਨੇ ਮੇਰੀ ਹੋਣ ਵਾਲੀ ਬੱਚਿਆਂ ਦੀ ਮਾਂ ਨੂੰ ਦਿੱਤਾ ਉਹਨੇ ਵੀ ਮੇਰੇ ਨਾਲ ਵਿਆਹ ਕਰਾਉਣ ਨੂੰ ਤਿਆਰ ਕੀਤਾ ਫਿਰ ਆਪਣੀਆਂ
ਪੰਜੇ ਉਂਗਲਾਂ ਘਿਓ 'ਚ ਸਿਰ ਕੜਾਈ 'ਚ ਨਜ਼ਾਰੇ ਨਜ਼ਾਰੇ ਆਏ ਵੇ ਫੁੱਲਾ ਹੁਣ ਤੂੰ ਗੱਲ ਕਰਾ ਤੂੰ ਮੇਰੀ ਜਾਨ ਆ ਜਾਣ ਬਾਈ ਜਿੰਦਾਬਾਦ ਹੁਣ ਬਾਈ ਮੇਰਾ ਕੰਮ ਕਰ ਦੂਗਾ ਬਾਈ ਬਿਨਾਂ ਮੇਰਾ ਕੌਣ ਹੈ ਬਾਈ ਜਿੰਦਾਬਾਦ ਬਾਈ ਜਿੰਦਾਬਾਦ ਬਾਈ ਛੋਟਿਆ ਕਰੀ ਜਾਂਦਾ ਆ ਕੀ ਫੁੱਲ ਜਾਲੇ ਬੈਠਾ ਹੈ ਆ ਗਿਆ ਬਾਈ ਮੈਂ ਤਾਂ ਤੈਨੂੰ ਇੰਡੀ ਕੀ ਜਾਂਦਾ ਸੀ ਅੱਛਾ ਓਏ ਆ ਕੀ ਆ ਵੇ ਇਹ ਫੁੱਲ ਹੈ ਫੁੱਲ ਗੁਲਾਬ ਦਾ ਫੁੱਲ ਇਹਦਾ ਕੀ ਕਰੇਗਾ ਕਰਨਾ ਕੀ ਆ ਇਹ ਫੁੱਲ ਮੇਰੇ ਵੱਲੋਂ ਤੂੰ ਉਹਦੀ ਸਾਲੀ ਨੂੰ ਦੇ ਦੀ ਫਿਰ ਉਹ ਮੇਰੀ ਹੋ ਜੂਗੀ ਫਿਰ ਆਪਾਂ ਸਾਡੂ ਸਾਡੂ ਬਣ ਜਾਵਾਂਗੇ ਇਹ ਕਿੱਥੋਂ ਲੈ ਕੇ ਆਇਆ ਹੈ ਯਾਰ ਲਿਆਉਣਾ ਕਿੱਥੋਂ ਆ ਇਹ ਫੁੱਲ ਤਾਂ ਮੈਂ ਬੜੇ ਸੰਘਰਸ਼ਾਂ ਨਾਲ ਲੈ ਕੇ ਆਇਆ ਮਾਲੀਆਂ ਦੀ ਕੰਧ ਟੱਪ ਗਿਆ ਫਿਰ ਬਾਹਰ ਨਿਕਲ ਆਇਆ ਬਾਹਰ ਸਾਲੇ ਕੁੱਤੇ ਮਗਰ ਪੈ ਗਏ ਪਰ ਤੇਰੇ ਬਾਈ ਦਾ ਦਿਲ ਵੇਖ ਜਿਗਰਾ ਵੱਡਾ ਜਿਗਰਾ ਉਹ ਭਾਈ ਕਿਹਦਾ ਸੰਘਰਸ਼ ਸੰਘਰਸ਼ ਕਰ ਕਰਕੇ ਫੁੱਲ ਲੈ ਆਇਆ ਲੈ ਫੜ ਆਉਂਦੀ ਸਾਲੀ ਨੂੰ ਇਹ ਫੁੱਲ ਦੇ ਦੇ ਅਤੇ ਉਹਨੂੰ ਮੇਰੀ ਜਾਨ ਬਣਾ ਕਰਦੇ ਮੇਰਾ ਕੰਮ ਓਏ ਤੂੰ ਖੜਾ ਹੋ ਯਾਰ ਓਏ ਛੋਟਿਆ ਡਰਦਾ ਕਾਹਤੋਂ ਹੈ ਤੂੰ ਸ਼ੇਰ ਬਣ ਸ਼ੇਰ ਮੇਰੇ ਕੰਨੀ ਦੇਖ ਤੇ ਮੇਰੇ ਕੀਤੇ ਹੋਏ ਕੰਮਾਂ ਕੰਨੀ ਦੇਖ ਡਰ ਇੱਦਾਂ ਨਹੀਂ ਹੁੰਦਾ ਆਪਾਂ ਵੀ ਸੂਰਮਿਆਂ ਦੇ ਖਾਨਦਾਨ 'ਚੋਂ ਹਾਂ ਸੂਰਮਿਆਂ ਦੇ ਖਾਨਦਾਨ 'ਚੋਂ ਆਪਦੇ ਅੰਦਰਲਾ ਜਗਾ ਲੈ ਮਿਰਜ਼ਾ ਅਤੇ ਫੁੱਲ ਫੜਾ ਦੇ ਜਾ ਕੇ ਸਾਲੀ ਨੂੰ ਉਦੋਂ ਬਾਅਦ ਤੂੰ ਦੇਖੀ ਬਸ ਮੇਰੀ ਸਾਲੀ ਤੇਰੀ ਅਤੇ ਤੂੰ ਉਹਦਾ ਚੱਲ ਫਿਰ ਮੇਰਾ ਆਸ਼ੀਰਵਾਦ ਤੇਰੇ ਨਾਲ ਹੈ ਬਾਈ ਦੀ ਇਹ ਸਾਲੀਏ ਅਤੇ ਮੇਰੇ ਹੋਣ ਵਾਲੀ ਘਰ ਵਾਲੀਏ ਮੈਂ ਆ ਗਿਆ ਪਰ ਆ ਕਿੱਥੇ ਗਿਆ ਮੈਨੂੰ ਤਾਂ ਗੱਲ ਨਹੀਂ ਕਰਨੀ ਆਉਂਦੀ ਮੈਂ ਤਾਂ ਬਾਈ ਨੂੰ ਭੇਜ ਦਿੰਦਾ ਨਾਲੇ ਮੈਂ ਕਦੇ ਜਨਾਨੀਆਂ ਨਾਲ ਗੱਲ ਤਾਂ ਕੀਤੀ ਨਹੀਂ ਚੱਲ ਬਾਈ ਨੂੰ ਭੇਜਦੇ ਆ ਬਾਈ ਮੈਂ ਨਹੀਂ ਜਾਂਦਾ ਗਾ ਤੂੰ ਹੀ ਜਾਇਆ ਨਾਲੇ ਤੈਨੂੰ ਪਤਾ ਮੈਂ ਕਦੇ ਜਨਾਨੀਆਂ ਨਾਲ ਗੱਲ ਤਾਂ ਕੀਤੀ ਨਹੀਂ ਨਾਲੇ ਤੇਰੀ ਸਾਲੀ ਨੇ ਤੇਰਾ ਗੁੱਸਾ ਨਹੀਂ ਕਰਨਾ ਜਾ ਯਾਰ ਤੂੰ ਵਗ ਜਾ ਮਨ ਜਾ ਅੜੀ ਵਹਿ ਜਾ ਮੈਂ ਹਾਂ ਤੂੰ ਜਾ ਚੰਗਾ ਫਿਰ ਮੈਂ ਇਹ ਸਾਲਾ ਹੋਵੇ ਨਾ ਕਿਤੇ ਮੇਰਾ ਟਰਾਲੀ 'ਚ ਸਮਾਨ ਪਵਾ ਦੇ ਰੀਤੋਂ ਤਾਂ ਉਹ ਛੱਕਣ ਬਥੇਰੀ ਹੈ ਉਹ ਤਾਂ ਗੱਲ ਗੱਲ 'ਤੇ ਸ਼ੱਕ ਕਰਦੀ ਹੈ ਗੱਲ ਸੁਣ ਛੋਟਿਆ ਗੱਲ ਆਇਆ ਮੈਂ ਹਾਂ ਕਬੀਲਦਾਰ ਤੈਨੂੰ ਪਤਾ ਮੇਰੀ ਲਾਣੇਦਾਰ ਨਹੀਂ ਮੇਰੇ 'ਤੇ ਕਿੰਨਾ ਸ਼ੱਕ ਕਰਦੀ ਹੈ ਉਹ ਤਾਂ ਉਹਦੀ ਲਾ ਦੂ ਬਾਹਰ 'ਚ ਟਰਾਲੀ ਨਾਲੇ ਸੱਦ ਲੂਗੀ ਆਪਦੇ ਮਲੰਗ ਜੇ ਭਾਈ ਨੂੰ ਤੂੰ ਮੇਰੀ ਗੱਲ ਮੰਨ ਛੋਟਾ ਭਾਈ ਬਣ ਕੇ ਤੂੰ ਹੀ ਜਾ ਕੇ ਉਹਨੂੰ ਫੁੱਲ ਫੜਾ ਕੇ ਤਾਂ ਦੇਖ ਯਾਰ ਇੱਕ ਵਾਰੀ ਲੈ ਫੜ ਫੁੱਲ ਮੈਂ ਨਹੀਂ ਫੜਦਾ ਫੁੱਲ ਕਿਉਂ ਤੂੰ ਮੇਰਾ ਬਾਈ ਨਹੀਂ ਜੇ ਤੂੰ ਮੇਰਾ ਬਾਈ ਹੁੰਦਾ ਤਾਂ ਮੇਰੇ ਪਿੱਛੇ ਇੰਨਾ ਨਹੀਂ ਕਰ ਸਕਦਾ ਸੀ ਨਾਲੇ ਤੂੰ ਨਹੀਂ ਚਾਹੁੰਦਾ ਵੀ ਮੇਰੇ ਵੀ ਲਾਣੇਦਾਰ ਨਹੀਂ ਹੋਵੇ ਮੇਰਾ ਵੀ ਘਰ ਵੱਸਦਾ ਹੋ ਜੇ ਮੇਰੇ 20-25 ਨਿਆਣੇ ਹੋਣ ਤੈਨੂੰ ਤਾਊ ਕਹਿ ਕੇ ਤੇਰੀ ਮਗਰ ਫਿਰ ਤੇਰੀਆਂ ਲੱਤਾਂ ਕੁੱਟਣ ਬਾਹਾਂ ਕੁੱਟਣ ਬਾਈ ਪਰ ਤੂੰ ਇਹ ਨਹੀਂ ਚਾਹੁੰਦਾ ਉਹ ਤੇਰੇ ਤੋਂ ਕਹਾਣੀਆਂ ਸੁਣ ਪਰ ਤੇਰੇ ਮਨ 'ਚ ਇਹ ਅਰਮਾਨ ਕਿੱਥੇ ਬਸ ਬਸ ਓਏ ਸਾਲਾ ਨਾਟਕ ਕਰਦਾ ਮੈਂ ਜਾਣਾ ਫਿਰ ਮੈਂ ਬਸ ਕੁਛ ਕਰਦਾ ਹੁਣ ਤਾਂ ਦਾਤਾ ਹੀ ਰੱਖ ਹੈ ਮੇਰਾ ਜਾ ਬਾਈ ਵਗ ਜਾ ਚੰਗਾ ਫਿਰ ਇੱਕ ਮਿੰਟ ਫੁੱਲ ਫੜ ਉਹ ਬਾਈ ਨਦੀਆਂ ਚੀਰ ਕੇ ਥੋੜ੍ਹੀ ਜਾਣਾ ਤੂੰ ਨਦੀਆਂ ਨਹੀਂ ਟੱਪਣੀ ਆਈਆਂ ਰਹਿਣ ਦੇ ਥੱਲੇ ਇੱਕ ਚਾਦਰਾ ਚੱਲ ਬਸ ਠੀਕ ਹੈ ਸੱਚੇ ਪਾਤਸ਼ਾਹ ਮਿਹਰ ਕਰੀ ਅੱਜ ਤਾਂ ਛੋਟੇ ਦਾ ਕੰਮ ਬਣ ਹੀ ਜਾਊ ਵਿਚਾਰੇ ਨੇ ਮੇਰੇ 'ਤੇ ਆਸਾਂ ਲਾਈਆਂ ਉਹਦੀਆਂ ਨੇ ਆਪਣੇ ਕਿਹੜਾ ਮਾਂ ਮਾਂ ਕਰੀ ਉਹ ਗੱਲ ਕਰਨ ਮੈਂ ਗੱਲ ਕਰ ਹੀ ਲਊ ਛੋਟੇ ਦਾ ਫੁੱਲ ਲਾਣ ਨੂੰ ਫੜਾ ਹੀ ਦਊਂਗਾ ਅੰਦਰ ਤਾਂ ਚੜੇਲ ਵੀ ਨਾਲ ਬੈਠੀ ਹੈ ਕਿਤੇ ਹੋਰ ਹੀ ਨਾ ਕੋਈ ਪੰਗਾ ਪੈ ਜੇ ਹਾਂ ਜਦੋਂ ਰਾਣੋ ਬਾਹਰ ਆਊਗੀ ਮੈਂ ਛੋਟੇ ਵਾਲਾ ਫੁੱਲ ਉਦੋਂ ਉਹਨੂੰ ਫੜਾ ਦੂੰਗਾ ਅੱਜ ਕੱਲ ਲੋਕੀ ਲੁੱਟ ਸੁੱਟ ਕਰਨ ਵਾਸਤੇ ਆ ਫੁੱਲਾਂ ਨੂੰ ਤੇ ਸਪਰੇਅ ਜੀ ਕਰਕੇ ਸੁੰਘਾ ਦਿੰਦੇ ਨੇ ਕਿਤੇ ਇਹਨੂੰ ਨਾ ਕਿਸੇ ਨੇ ਫੁੱਲ ਦੇ ਦਿੱਤਾ ਹੋਵੇ ਇਹ ਸੁੰਘ ਕੇ ਬੇਹੋਸ਼ ਹੋ ਜੇ ਹੈ ਇਹ ਫੁੱਲ ਕਿਸੇ ਨਾ ਕਿਸੇ ਬਹਾਨੇ ਮੈਂ ਤਾਂ ਫੜਨ ਵਾਹ ਮੇਰੇ ਸ਼ੱਕੀ ਦਿਮਾਗਾ ਅੱਜ ਕਰੀ ਆ ਤੂੰ ਪਹਿਲੀ ਵਾਰ ਚੰਗੀ ਗੱਲ ਮੈਂ ਕਿਹਾ ਜੀ ਤੁਸੀਂ ਇੱਥੇ ਕੀ ਕਰਦੇ ਹੋ ਕੁਛ ਨਹੀਂ ਮੈਂ ਬਸ ਫੁੱਲ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਂ ਮੰਦਰ ਚੱਲੀ ਹੈ ਲਿਆਓ ਆ ਫੁੱਲ ਮੈਨੂੰ ਦੇ ਦਿਓ ਮੈਂ ਮੰਦਰ ਜਾ ਕੇ ਚੜਾ ਕੇ ਆਉਂਦੀ ਹਾਂ ਲਿਆਓ ਰਾਣਾ ਆ ਜਾ ਕੁੜੇ ਮੰਦਰ ਜਾ ਕੇ ਆਈਏ
वो ये शक्की सुभा दी है कितने फुल नू कुछ होर ही ना समझ ले। ये तो पहला कोई यह शक करे मेरे ते कोई स्कीम बना के हाँ इनू आप अलझा दें जी तरीफ च उस तो बाद फुकरी चुड़ जूगी अपने वाली फुल वाली गल ही भुल जू। रितो जो तेरे हाथ सूट पाया होंगे ना धर्म नाल परी लगदी है परी संतरी सूट तो मेरी पसंद का तेरे वाला ही जचद। चल बस करो जी हूँ तो मैं संग भी आने लग गई। मैं भी छोटिया तेरा तो कम रह गया बिचे लगता है बाई ने हूं तो कम कर ही दिता हूं तो मेरा रिश्ता सिरे चढ़न वाला ही है। ले आ गया बाई। ओए आ जा बाई मैनू तेरे ते माण है अज साडे देश नू तेरे ते माण है अज साडे पिंड नू तेरे ते माण है अज साडे मरे वे बुढ़े नू भी तेरे ते माण हो साडी बुढ़ी नू भी तेरे ते माण हो होर तां होर बाई सारे पिंड दे जानवरां नू भी अज तेरे ते माण होगा। छोटिया काशे तेरिया गल्लां सच हो जांदियां मेरे ते माण कर दे सारे। भाई तू की किए ना गल की बनी दुख तो आई है भाई गल बनी नी तेरी भरजाई ने आके सारी पट्टी मेज करती सारे सुपन की पट्टी मेज करती। भाई तू किसे काम दा नहीं तेन पहली बार एक काम किया तेरे तो नहीं होया मैंने तो अज पक्का शक है भी तू मेरा भाई है ही नहीं अपने बाप इको हो ही नहीं सकता तू जरूर किसी होर की लाद है। गल सुन जा पकाई मरी जाना मूँह ते मरू ऐ थोड़ी गल हुंदी है यार ठीक है भी मेरे तो तेरी गलती नाले कोई गल उल्ट सुलट हो गई नाले मेरी गलती भी नहीं सी। चलो मैं तेन गल दसदा तू चल मेरे नाल करे करे ना मेरी साड़ी जदों हुई कली जाके उन्हूं कह दी आई लव यू बस तेरा काम नाल दी नाल बन जू छोटिया। भाई मैं कहता दूं पर जे उन्हें जवाब देता फिर ओए तू चमकीले नालों घट है सोना सनख है बनदा तनदा गभरू है तू जवाब किवें दूगा तू बस उन्हूं जाके आई लव यू कह दी। आई लव यू दा कह दूं उन्हूं मैं पर उन्हूं अंग्रेजी आउंदी होऊ मैं तां पढ़िया लिखिया नूं अनपढ़ ना होवे किते। गल तां तेरी इह भाई 2 रुपया दी है नाले तेरी लख गल तां 1 रुपये दी हुंदी है मैनूं हुण दिमाग च गल आ गई तूं उन्हूं जाके ऐ कह कह कुड़िए तेरे ते जट दा दिल आ गया। ठीक है भाई हुण मैं उन्हूं कह दूंगा कुड़िए जट दा तेरे ते दिल आ गया। सालिया उन्हूं प्यार दा इह जिहा हार करन जाना जां कब्जा लैण जाना ऐ नहीं स्टाइल रखी कुड़िए तेरे ते जट दा दिल आ गया। कुड़िए तेरे ते जट दा दिल आ गया। हाँ आपां हुण सवेरे चलांगे हुण आपां कर लईए कम नाले सवेरे शायद प्रीतो मासे वगदे। चल ठीक है भाई जदों भाभी कोई कम करदी होई उदों फिर आपां कही देना आई लव ओ नहीं नहीं अच्छा जट दा तेरे ते दिल आ गया। छोटिया कोई कुछ काम अजिहे भी होंगे ने जेड़े बंदे नूं खुद करने पैंदे ने नाले सारे मैं तेरे काम हुण मैं करिया करूं बस तू जाके उन्हूं कह ही दे हुण नाले तू शेर बन। भाई मैं नहीं शेर शूर बनता बंदर बहुत हरामी होंगे। तू ऐ कर फिर मैं जाना तो है तू अंदर जाके वेखता सही मेरे बच्चों की मां अंदर हैगी भी आ फिर ही जाऊँ मैं अंदर मैं तेनों इशारा करूँगा ओदी आज ठीक है। चल तू कर सुन मेरी मैं अंदर तेरी भैन नू कहूं तू शक ना करया कर सारा शक ना करया कर डरदा शक दा ओए तेरे खरनिया दिमाग च कदों गल करदा सी तू अंदर ओए शक नू छड्ड भी दे कदे अंदर मोटे मोटे चूहे टेढ़े चूहे अपने कपड़े कुतरी जांदे सी चूहे तेनू पता होगा नाले चूहे मार गोलियां नाल चूहे मर जांदे ने ए चूहे मार गोले एडे मोटे चूहे एडे वड्डे चूहे बन जांदे फिर उहनां तों वड्डे वड्डे चूहे बन जांदे ने जदों एडे चूहे बन जाण फिर साले अपना घर दा चूहियां दा बन जूगा घर दा कब्जा हो जूगा चूहियां दा। मेरी गल सुन आपां जाके चूहे मार गोलियां लिया के चूहियां नू खवा के नाले उहनां दा मुंडा मर गया सी तू उत्थे नहीं गई गल ऐ सी वी आपां पंजीरी ला लो नाले अपने मुंडा हो जूगा तू गल सुन मेरी है
पर गल तो कोई जरूर है, यह मैं होरे गलां उलझाई जांदा है। छड तेन अज मैं खेत लिया के ना चूहे का बिल्ली का मैं तेन चुटकला सुनाऊंगा तू बसा जा। राणो कि जवाब ही ना दे जे कि होर लस्सी कर दे। इना चंगा भागा वाला दिन होगा जो राणो का विह होगा, किन्ने नजारे आएंगे। आए राणो कि मेरी बेइज्जती होना करवा दी, मेरी इज्जत का सवाल है, मन नहीं जाई। फिर देखी मेरी साड़ी तो कुछ होर ही बन जू है। ये कि गल्ला करी जांदा, मैनू लगता है यह कंजर कोई ना कोई चंद चढ़ा के हटूगा। जड़ा ये कल कमरे झातियां मारदा सी, कोई ना कोई गल तो हैगी हुई है, ताही तां ने मैनू गल्लां च टालता है। हाँ ही कर दी है, राणो नूं वापस भेज दिंदी है। पर जे राणो नूं वापस भेजता तो लोग की कहणगे? जे घर च कलेश पाउनी है तां घर दी बदनामी। करां तां की करां मैं, राणो ने चार पंज दिन इत्थे रहना है। हाँ अपने भरा नूं सद लैनी है, उदा रोब भी है, वह बनाऊ इन बंदा, नाले तो डरता भी है। हाँ गुआढ़ियों के छिंदे तो मगलैन लैके उन्हें कर दिया स्नेहा, नाले अपनी सेहत का उत्थे ध्यान रखी। ठीक है भाई, मैं अज तो शाम चंडीगढ़ पहुँच ही जाना, कल उत्थे ते परसों मैं मुड़ आऊँगा। नाले भाई तू ना मेरा राणा वाला काम करा ही। ओहो छोटिया तू तो गल बाली ज्यादा दिल ते लाई बैठा यार। तेन एक बार कहता भी मैं हम समझ ला भी बड़ा सारा यार इस घर च, तू जमी फिक्र ना मन, तेरे आने तो पहला तेन स्नेहा मिल जूगा। बस राणो की तो हाँ ही समझ यार। ठीक है तो बस तो मैं तो तेन यही कहना भी उत्थे जाके रोटी टुक टाइम नाल खा लिया करी। तो चंगा भाभी जाना फिर मैं। चंगा अपना ख्याल रखी। चल ठीक है भाभी। राणो भूआ दे मरण तो बाद तू कल्ली रह गई, हुण जद तेरा ब्याह हो जूगा फिर फुफड़ कल्ला रह जूगा। मैं तेनू ऐ पुछदी हाँ भी तेनू ब्याह वास्ते किहो जिहा मुंडा चाहीदा? भैणे ब्याह बारे तो अजे मैं सोचिया नहीं, ते नाले ब्याह तो पहला मैं प्यार जरूर करूँ, पहला मुंडे नू परखूंगी, ते जदों मेरे ते लट्टू हो गया ना फिर ब्याह करवाऊंगी। ते मुंडा तो मैनू जवां जीजा जी वर्गा चाहीदा। भैणे तू पिछले जन्म च ना जरूर कोई मोती पुन किते होने, जेड़ा जीजा जी वर्गा घर वाला मिलिया तेनू। गल तो कोई जरूर है, पहला तो मौस कंजर ते शक करती सी, पर धुआं तो इधरों भी उठ रहे है, नाले ताड़ी दोए हत्थां नाल वजदी है। हे रब्बा मेरी भैण ही मेरी दुश्मन बन गई है, ओही मेरा घर पट्टन लगी है। मेरा भाई भी नहीं आया हले तक, बेबी रा किथे रह गया तू झमेल सिया। भैन का घर आ गया, तुमने पकारा और भैन क्यों घबराए जदो झमेल सिओ आए की हाल है कारोबार खिलर गया समझदा ही नहीं। तेन पता है अगे तो मैं रोज नू आया रहा तेरे को, महीने च मसा ही सत अठ बारी आया जाता, बड़ा कारोबार खिल गया। हुण तां जदो तेरा मैनू स्नेहा मिलिया मैं तां करके आपदी फैक्ट्री बंद सीधा पैर जुत्ती नहीं पाई। मैं भैन का पहला हाल चाल पुछ के की हाल चाल है। तू चाह बना के लिया जा। अच्छा गल सुन कुड़िए, तेनू पता भी झमेल सिओ धी भैन दे घर दी चाह नहीं पींदा, दुध च पत्ती पा लिया। ते होर सुना भैने की हाल चाल है? कुछ ना पुछ भी रहे, मैं तो बलाई दुखी हां। की गल होगी?
गल बहुत अगे तक वध चुकी है। अच्छा? हाँ, पहला तो मैं यो सोचती सी कला ही पकाई मार दे, पर राणो भी नाले रल गई है। हुण समझ ला मेरा घर पट्टिया गया, हुण तो तू ही कुछ कर सकते। अच्छा आ गल है, आ जान दे मेरे साले चिब्बे जे नूं, अज कुड़ कुड़ के मैं उहदी तसल्ली करा दूं। असल च भैणे भांडे अपने च भी चिब्ब है। ओही तां दुख है। कोई नहीं भैणे, चमेल सो कढ़दा तैनूं इस चमेले चों, आ जान दे उहनूं किरां। अच्छा अच्छा सड़ा साहब जी फिर आ पहुंचे हैं। ओ निक्का न्याणा दा सड़ा सिया होया नहीं, पंजीरी पहली चक्की फिरदा। एक पीपे च हुई पंजीरी, एक च हुई मठिया, सला तीजे पीपे च की होया? तीजे पीपे च की होया? सला टिचरा करदा है, दिवाली दी दशहरा नहीं, मैं काला लेंदा सहारा तेरे वास्ते। ओए मैं ता पीपे नु टक्कर लाउण दे काम करदा। ओए सला सिया तैं नहीं कोई काम छड्या मां दिया पुत्ता। चलो पीपे वाली गल ता ठीक है, भी गल इक है भी मूरे बठल जा की पे असि बठला नु भी थल्ले लाउणे आ। अच्छा अच्छा बठला वाली भी गल यार ठीक है, ते आ की है? ओए हाथ ले ले नु पंचर करेगा सारा स्टिपनी है, एडा लंबा कारोबार है, राज बदलनी पैंदी है। अच्छा अच्छा लंबा कारोबार है। आलू पाजी दूध ले भी प्रीतो प्याए नु दूध तेरे भाई नु, उस तो बाद इन्हें जाना भी हो, लंबी वाट है, रकम का कोले कम है, 2.5 किलोमीटर जाना है ने, नाले रास्ते दे विच गाहक भी मिल जाने ने, किसे ने टक्कणी लवाना हुंदा है, किसे ने टक्कणी लवाना हुंदा है, ना तैनू की तकलीफ हुंदी है, मेरा भरा अज तां हले हले 4-5 दिन तां रह के जाऊगा ही। अच्छा हुण साला जी भी उरे रहणगे, चलो कोई नहीं भाई, असीं तां दर्दां दे दरिया एक दुख होर सही। ते तू कदों आई सी राम? 3-4 दिन हो गए पाजी। फिर तो तू कल नु जाएंगी है ना? नहीं नहीं राणो नहीं हजे जांदी, नाले इहदा तां हुण मसा ही जी लग्गिया, इह तां घट्टो घट्ट हजे 10 दिन होर रहूगी। चलो छड्डो तुसीं करो भैण भाई गल्लां, असीं तां भाई नहा के आउने आ, नवें कपड़े सिमाए ने टेलर तों, उह वी पाउणे हुंदे ने, चंगा करो। ਵੀਰੇ ਮੈਨੂੰ ਤਾਂ ਲੱਗਦਾ ਮੇਰਾ ਘਰ ਵਾਲਾ ਮੇਰੇ ਹੱਥੋਂ ਗਿਆ। ਭੈਣੇ ਮਿਰਚਾਂ ਹਰੀਆਂ ਖਾ ਕੇ ਧਰਮ ਨਾਲ ਨਾ ਢਿੱਡ ਮਚਣ ਲੱਗ ਪਿਆ। ਮੈਂ ਤੈਨੂੰ ਆਇਆ ਦਾ ਸੀ ਵੀ ਜੇ ਝੜਕਾ ਝੁੜਕਾ ਬਣਾ ਲੈਂਦੇ ਅੱਜ ਮੁਰਗਾ ਹੀ ਵੱਢ ਲੈਂਦੇ। ਮੇਰਾ ਤਾਂ ਅੱਗੇ ਜੀ ਮਚਿਆ ਪਿਆ, ਤੇਰਾ ਮੁਰਗੇ ਖਾਣ ਨੂੰ ਜੀ ਕਰੀ ਜਾਂਦਾ, ਨਾਲੇ ਆਪਣੇ ਘਰੇ ਨਹੀਂ ਹੈਗਾ ਮੁਰਗਾ। ਆਪਣੇ ਘਰੇ ਮੁਰਗਾ ਹੈ ਨਹੀਂ ਤੇ ਫਿਰ ਪ੍ਰਾਹੁਣੇ ਵੱਢ ਲੈਂਦੇ। ਮੈਂ ਨਹਾਉਣ ਚੱਲੀ ਸੀ, ਮੇਰਾ ਸੰਤਰੀ ਸੂਟ ਪ੍ਰੈਸ ਆ? ਸੰਤਰੀ ਸੂਟ ਪ੍ਰੈਸ ਨਹੀਂ ਹੁੰਦਾ। ਕਿਉਂ? ਨਾਲੇ ਮੈਂ ਆਪਣੀ ਪ੍ਰੈਸ 'ਤੇ ਕਿਸੇ ਦਾ ਸੰਤਰੀ ਸੂਟ ਪ੍ਰੈਸ ਕਰਨ ਲੱਗਦੀ ਹਾਂ ਨਾ, ਤਾਂ ਮੇਰੀ ਪ੍ਰੈਸ ਮੱਚ ਜਾਂਦੀ ਹੈ। ਚੱਲ ਕੋਈ ਨਹੀਂ, ਮੈਂ ਹੀ ਪਾ ਲੈਂਦੀ ਹਾਂ। देख लिया हूं तू ओदी पसंद दे कपड़े पाउण लग पई है। पैणे मैनू लगदा है वी चाल चलन तेरा वी ठीक नहीं। नमन आए दस तैनू किवें पता लग्या वी उहनू संतरी सूट पसंद है? नाले जे संतरी सूट तैनू पसंद नहीं ते ओदे मस्या ते तू क्यों पाया सी? बर फिट्टे मूंह तेरे है, मेरा खसम है हो, मैनू नहीं पता लगूगा ओदी पसंद ना पसंद दा है, ਨਾਲ ਤਾਂ ਤੁਸੀਂ ਉਹਦਾ ਟੋਲਿਆ ਹੋਇਆ ਵਾ। ਠੱਕੀ ਖਸਮ, ਉਹ ਮੈਂ ਤਾਂ ਭੁੱਲ ਹੀ ਗਿਆ ਸੀ ਵੀ ਉਹ ਸਾਲਾ ਮੇਰਾ ਜੀਜਾ ਹੈ। ਇੱਕ ਜੀ ਕਰਦਾ ਰਾਣੂ ਇੱਥੋਂ ਭੇਜ ਦਵਾਂ, ਪਰ ਲੋਕ ਕੀ ਕਹਿਣਗੇ ਵੀ 4 ਦਿਨ ਕੁੜੀ ਨੂੰ ਰੋਟੀ ਨਾ ਦੇ ਹੋਈ। ਹੇ ਪਰਮਾਤਮਾ ਉਹ ਦਿਨ ਕਦ ਆਊਗਾ ਜਦ ਇਹ ਬੰਦਾ ਮੇਰੇ ਮਗਰ ਮਗਰ ਫਿਰੂਗਾ। ਵੀਰੇ ਕੋਈ ਹੱਲ ਨਹੀਂ ਹੈਗਾ ਵੀ ਇਹ ਬੰਦਾ ਮੇਰੇ ਮਗਰ ਐਂ ਫਿਰੇ ਜਿਵੇਂ ਬੱਕਰੀ ਮਗਰ ਲੇਲਾ ਫਿਰਦਾ ਹੁੰਦਾ ਹੈ। ਹੈ ਭੈਣੇ ਜੇ ਝਮੇਲਸੋਂ ਤੇਰਾ ਇਹ ਝਮੇਲਾ ਹੱਲ ਕਰਦੇ ਤਾਂ ਮੰਨੇ। ਮੈਨੂੰ ਇੱਕ ਜਾਣਦਾ ਬਾਬਾ ਜਿਹਦਾ ਨਾਂ ਘਸੀਟੂ ਰਾਮ, ਉਹ ਤਾਂ ਆਪਾਂ ਤਵੀਤ ਲਿਆਉਣੇ ਆ, ਤੂੰ ਘੋਲ ਕੇ ਪਿਆ ਦੀ
ਇਹ ਤਾਂ ਤੈਨੂੰ ਐ ਚਿੰਬੜੂ ਜਿਵੇਂ ਨੰਗੀਆਂ ਤਾਰਾਂ ਨੂੰ ਬੰਦਾ ਚੁੰਬੜਦਾ ਹੁੰਦਾ। ਚੱਲ ਚੱਲੀਏ ਫਿਰ ਉਸ ਬਾਬੇ ਕੋਲੇ। हाँ बच्चा तेन दस की दुख है। बाबा मैं बहुत औखा, मैं बारे जाना। चलो इन बाहर छड़ के आओ, बशकूर आऊगा। गंद पाएगा यार, बाहर नहीं जाना यार, कल्ले जाना। अच्छा बैजो बैजो, शर्म आंदा, आए करो लीटर भर के दे दियो, कल्ला जाऊंगा। जाओ बाबा, आए बाहर नहीं जाना यार, कनेडा जाना। अच्छा कनेडा, वड्डिया लांगा भरदा तां फिर तेनू बाबे नू दक्षिणा देनी पऊ। आए कर धर 500। बाबा यार गरीब बंदा, मेरे को 500 कितों? ओ चल 200 ही दे दे। बाबा 200 भी कितों आ गया गरीबा कोले। ओए 100 दा पत्ता ही दे दे। मेरे को बाबा 100 भी है नहीं। ओ फिर आए कर 50 ही दे दे। चल बाबा 50 भी है नहीं, मंडला जोगी दे दे। बाबा यार मेरे को ता कुछ भी नहीं। फिर तू बाहर नहीं जा सकदा, चलो इनू बाहर छड़ के। मंडला जोगी भी नहीं है सारे कोले। प्रसाद बह जा। बाबे का कीर्तन करिए, लाओ खाइए पिए कुछ यार। जय कसीतू दास दी भाई, जय कसीतू दास दी। लै भी कसीतू राम, तेरे डेरे से जमेल से आ गया, हुण तेरिया सारिया मुरादा पूरिया होनी। आपां तां लोकां दीआं मुरादां पूरीआं करदे आं, अपनीआं मुरादां पूरीआं करन वाला कौण आ गया? लै तूं मैनूं जाणदा नहीं, मैं कौण आ? ओह कट्ठे दा आपां पढ़दे रहे आं। वेखा आपां जदों बस्तियां तों दोवें रोटी कट के खांदे रहे आं। ओह लगदा अपनी पोल खोल दू। चल बई पहला तेरी वारी। की दस्सां बाबा जी, मैं बहुत दुखी है, मेरा घर वाला। अच्छा बच्चा आ गल है, ता तेरे दुखां दा नबेड़ा हो जूगा, बाबे तेनू एक तवीत देणगे। ये तवीत ले जा ते इहनू घोल के आपदे घर वाले नू पिला दी, ते फिर वेखी ओ किवें तेरे मगर मगर फिरदा। ते एक गल याद रखी, जदों ए तेरे घर वाले तवीत पी लिया ते ओदी पहली निगाह तेरे ते पैनी चाहीदी है। अच्छा। ते जे किसे होर ते पै गई तां फिर ओदे मगरे रहू, फिर बाबिआं नू दोष ना दिओ। नहीं बाबा जी, जिवें तुसीं कहिंदे हो असीं उवें ही करांगे। बच्चा बाबिआं नू दक्षिणा दिओ। लगता है बाबा तू पिछलियां गल्लां भुल गया। ए ना लैण देण चलदा रहना चाहिदा, नहीं तां सारियां पिछलियां गल्लां कढ दूंगा। मैं चलिया फिर। ठीक है ठीक है। साली साहिबा तू अज पग बन्नी हुई देखी, मैं बलाडे वाले तारे वांगू जदों बन्नी ना पग, फिर देखी तू तेरी भैन कहनी हुंदी है तेरे पग बहुत वधिया लगदी है। जा पिया क्या प्या तां आवां, पर ओह दिखता सामने, उहनूं वी तां पासे करना किसे तरीके नाल। की करिए की करिए? तू आए कर, स्वेटर ला स्वेटर ला। आ ले जा। राणो की करती है? कुछ नहीं भैने, जीजा जी नाल ना पूनी कराउंदी सी, अज मेनू जीजा जी पग बन के दिखाउणगे। राणो तू आए कर, आ स्वेटर बुन ला। पर ये तो पहले ही बुनिया होया, ये तो अपने वीर दे नाम ना
तू आए कर अपने जीजू का नाप दा फड़ा दे। नहीं इत्थे बैठ के कर हुण कम करन लग गई। इह जे कम जीजा वल बैठ के करदे हुंदे ने। चल ठीक है उत्ते का तू होई। सुनो जी मैं दुध लेके आई गरम करके थोड़े वास्ते। लो दुध पी लो। अज नाग पंचमी भी है नहीं, यह दुध लेके किवें आ गई तू भी यार? शक्कण मगर लाके शक्की हो गया। जे तू इन्ने प्यार ना लेके आई है ना तो मैं ये अखा बंद करके पीऊंगा। तवीत ने तो पहले ही असर दिखाना शुरू कर दिता, हले गिलास हाथ च फड़े ही है। पहले ही लग गया प्यार दियां गल्लां कर। जय बाबा। मैं जीजा जी का नाप तो ले ला। राणो तेरे बुल जिमें पत्तियां गुलाब दियां, राणो तेरिया अखा जिमें पत्तियां गुलाब दियां, राणो तेरा लक जिमें पत्तियां गुलाब दियां, हाय राणो तू जिमें पत्तियां गुलाब दियां, राणो 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 पत्तियां गुलाब दियां, राणो राणो जिमें पत्तियां गुलाब, राणो तेरिया सारिया अदावां जिमें पत्तियां गुलाब दियां। की करदी सी राणो? कुछ नहीं जीजा जी, मैं तां बालां नूं कंघी करदी सी। बालां नूं? राणो तेरिया जुल्फां जिमें पत्तियां गुलाब दियां, तेरिया जुल्फां जिमें पत्तियां गुलाब दियां। ओहो जीजा जी तुसीं वी ना। हाय राणो तेरी कली कली अदा जिमें पत्तियां गुलाब दियां, तू तो फुली गुलाब दा। ओ देख ला वीरे तेरे मलंग साध दे तवीत दा नतीजा। हाय वे साला बेड़ा बह जे वे तेरा, वे पहली गलती सा मैं अपनी भैन बुला के कीती है, वे दूजी गलती तवीत पला के कीती। लोकां नूं की दसीए वी असीं अपना घर अपने हत्थियों पट्टिया तवीत पला के। देख तो सही देख कि मैं राणो दे उत्ते डुल्लिया फिरदा मेरे मोमबत्ती वर्गा घर आला, हुण किसे होर नूं चानण करन नूं फिरदा। देख वीरे देख कि मैं ओदे उत्ते सिट्टण लग्या होया पत्तियां गुलाब दियां। कोई नहीं भैणे, जो तू रंडी होगी ना मैं दी फोटो ला के ना उत्ते जिहड़ा हार पाया उत्ते मैं लाऊंगा रे पत्तियां गुलाब दियां। फिर अपने ब्याह दी कार ते लगणगियां पत्तियां गुलाब दियां, पत्तियां गुलाब दियां, पत्तियां गुलाब दियां, पत्तियां गुलाब दियां। भाई तां उद्दियां पिंगा चढ़ाई बैठा तां मेरा घर वसन तो पहला ही टुट गया। भाभी भाभी वीरा यहो जिहा तां है नहीं सीगा, वह तो दूजे विआह की सोच भी नहीं सकता सी, वह तो तैनूं बाला मोह करता सी। जदों कितें तू पेके जांदी सी तां मैनूं कहिंदा रहिंदा सी यार मेरा दिल नहीं लगता, यह किवें हो गया? कोई ना कोई गल तो जरूर है। ये सारा बेड़ा मेरे इसे भरा दा बैठिया, इहने मैनूं वहमां भरमां च पाया। वहमां च? ਭਾਬੀ ਕਿਤੇ ਕਿਸੇ ਸਾਲ ਸੂਦ ਦੇ ਚੱਕਰ ਚ ਤਾਂ ਨਹੀਂ ਪੱਕਰ ਤਾਂ ਨਹੀਂ? ਨਹੀਂ 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 ਸਾਲਾ ਸੂਦਾ ਵਾਲਾ ਕੋਈ ਵਹਿਮ ਨਹੀਂ, ਮੈਂ ਤਾਂ ਇਹਨੂੰ ਆਣਾ ਵੀ ਕਿਸੇ ਦੁਨੀਆ ਦੇ ਬੰਦੇ ਤੇ ਪਤਵਾਰ ਨਹੀਂ ਕਰਨਾ, ਘਰ ਵਾਲੇ ਤੇ ਨਹੀਂ ਕਰਨਾ, ਪਿਓ ਤੇ ਨਹੀਂ ਕਰਨਾ, ਭੈਣ ਤੇ ਨਹੀਂ ਕਰਨਾ, ਮਾਂ ਤੇ ਨਹੀਂ ਕਰਨਾ, ਭਰਾ ਤੇ ਚੱਲ ਭਰਾ ਦਾ ਤਾਂ ਕੋਈ ਮਾੜਾ ਹੁੰਦਾ ਵਹਿਮ ਰੱਖਿਆ ਕਰ। ਆਹ ਗੱਲ ਤਾਂ ਭਾਬੀ ਦੇ ਭਰਾਵਾ ਤੇਰੀ ਸਹੀ ਆ, ਮਨ 'ਚ ਤਾਂ ਵਹਿਮ ਰੱਖਣਾ ਹੀ ਚਾਹੀਦਾ, ਮੈਨੂੰ ਉਹਦੇ ਭਾਈ 'ਤੇ ਯਕੀਨ ਨਹੀਂ ਕਰਨਾ ਚਾਹੀਦਾ ਸੀ, ਮੈਂ ਤਾਂ ਉਹਨੂੰ ਵੱਡਾ ਸਮਝ ਕੇ ਸਾਰੀ ਗੱਲ ਦੱਸ ਬੈਠਾ, ਪਰ ਮੈਨੂੰ ਕੀ ਪਤਾ ਸੀ
वह आप ही चक्कर चला लूगा। उन्होंने तो मैं कहा सी मेरे दिल की गल राणो नू कह दी फिर साडा व्याह हो जाए। फिर मेनू हला शेरी दे के मेनू कहिंदा दिल दी गल कह दे राणा नू। आप ओ राणा नू अंदर वेखण गया भी कल्ली आ तू फड़ लिया फिर झातियां मारदा भाभी होर की दसा जिदे मैं जान लग्या उदे मैनू कहिंदा मैं तां तेरी बाली टेंशन रहिंदी आ मैं तां तेरी गल करवा के सा लाऊं फिर ही मैनू सुख दा साह आना। भाभी होर तां होर वह तां मैं कई वारी खेत च सुत्ता पिया बोलदा भी वेख्या राणो तू मेरे मन जा मेरे भाई नाल विआह करवा ला मेरा भाई तैनू राणी बना के रखू। भाई ने तां इह भी नहीं सोचिया भी वह मेरे वीर दी मंग है उदे दिल च बेईमाना आ गया पर कोई नहीं जे उदे दिल च बेईमाना आ गया मैं भी उसे दा छोटा भाई हाँ मैं नहीं हुण जिउंदा मैं तां मरूंगा मैं तां करंट वालियां तारां नूं लगदा ओ बिजली नहीं आउंदी चल मैं तां नहर च छाल मार दूं। ना ना वे जोरा इह जा कम ना करी तू तां मेरी अखां खोल के रखतियां उरे आ मैं दसदी आं तैनूं तेरा भरा किवें बदलिया। हैं भाभी अच्छा तो सारे घसीटू राम दे तवीज दा चक्कर है गल सुन ला भाभी दिया भरावा तू ये गल चंगी नहीं कीती तू तो साडा घर पट के रखता तू भाभी दा भरा नहीं दुश्मन है दुश्मन। आ यार मैनू माफ भी कर दियो जे मैं घर पटता तो हुण सुधारूंगा भी मैं ही हुण झमेला एक होर पाउंदा झमेल सिओ मैं ना ਹੁਣ ਕਸੀਟੂ ਕੋਲੋਂ ਤਵੀਤ ਲੈ ਕੇ ਆਉਂ ਨਾ ਰਹਿਣ ਦੇ ਹੋਰ ਚੰਨ ਚੜਾਉਣ ਨੂੰ ਹੁਣ ਤਵੀਤ ਕਿਹਦੇ ਵਾਸਤੇ ਇਹ ਲਿਆਉਣਾ ਹਾਂ ਇਹ ਤਵੀਤ ਮੇਰੇ ਵਾਸਤੇ ਲਿਆਉਣਾ ਹੋਊਗਾ ਜਦੋਂ ਮੈਂ ਤਵੀਤ ਘੋਲ ਕੇ ਪੀ ਲਿਆ ਨਾ ਫਿਰ ਮੈਂ ਤੇਰੇ ਵੀਰ ਦੇ ਸਾਹਮਣੇ ਚਲੀ ਜਾਊਂਗੀ ਫਿਰ ਦੇਖੀ ਤੂੰ ਕਿਵੇਂ ਪਿਆਰ ਉਹਦਾ ਉੜ ਉੜ ਪਊਗਾ ਕਿਵੇਂ ਪਿਆਰ ਉੜ ਉੜ ਪਊਗਾ ਉਹ ਤੇਰੇ ਤੋਂ ਪਹਿਲੇ ਮੁੜ ਕੇ ਤੇਰਾ ਪਿਆਰ ਉੜ ਉੜ ਪੈਂਦਾ ਮੈਂ ਹੋਰ ਗੱਲ ਕਰਦਾ ਮੇਰੀ ਗੱਲ ਸੁਣ ਲਓ ਮੈਂ ਜਾਊਂ ਕਸੀਟੂ ਦਾਸ ਕੋਲੇ ਮੈਂ ਲਿਆਉਂ ਤਵੀਤ ਆਪਾਂ ਪਾ ਦਿਆਂਗੇ ਰਾਣੋ ਨੂੰ ਠੀਕ ਹੈ ਹਾਂ ਰਾਣੋ ਜਦੋਂ ਪਿਆ ਤਾਂ ਤੇ ਇਹਦੀ ਤੌਣ ਫੜ ਕੇ ਅੱਗੇ ਕਰ ਦਿਆਂਗੇ ਇਹਨਾਂ ਦਾ ਡੰਗਾ ਫਿੱਟ ਹੋ ਜੂ ਫਿਰ ਭਾਬੀ ਤੇਰਾ ਵੀ ਘਰ ਵਾਲਾ ਉਹ ਰਾਣੋ ਦੇ ਜਾਲ 'ਚੋਂ ਫਸ ਜੂ ਤੇ ਰਾਣੋ ਮੇਰੇ ਤੇ ਮਰਿਆ ਕਰੂਗੀ ਲੈ ਭਾਬੀ ਹੁਣ ਬਣੂ ਗੱਲ ਲੈ ਵੀ ਮਿੱਤਰਾ ਤੇਰਾ ਲੱਡੂ ਤਾਂ ਪੁਰ ਗਿਆ ਤੂੰ ਤਾਂ ਪਾਣਾ ਮੂੰਹ ਚੋਰਾ ਇਹ ਆਲ ਉਹ ਤਵੀਤ ਜਾ ਜਾ ਕੇ ਰਾਣੂ ਨੂੰ ਪਿਆ ਦੇ ਲੈ ਭਾਬੀ ਉਹਨੇ ਤਵੀਤ ਜਦੋਂ ਪਿਆ ਤਾਂ ਰਾਣੂ ਨੂੰ ਰਾਣੂ ਮੇਰੇ ਮਗਰ ਐ ਫਿਰੂਗੀ ਜਿਵੇਂ ਰਾਂਝਾ 12 ਸਾਲ ਬੱਕਰੀਆਂ ਮਗਰ ਫਿਰ ਹੁਣ ਇੱਥੇ ਬੈਠਾ ਹੀ ਗੱਲਾਂ ਮਾਰੀ ਜਾਵੇਗਾ ਕਿ ਜਾਵੇਗਾ ਵੀ ਉਹ ਵੀ ਘਰ ਹੈ ਨਹੀਂਗਾ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਪਿਆ ਦੇ ਉਹਦੇ ਆਉਂਦੇ ਨੂੰ ਤਾਂ ਰਾਣੋ ਤੇਰੇ ਪਿਆਰ 'ਚ ਡੁੱਬੀ ਹੋਣੀ ਚਾਹੀਦੀ ਹੈ। ਚੰਗਾ ਭਾਬੀ ਤੇਰਾ ਆਸ਼ੀਰਵਾਦ। ਹੇ ਸੱਚੇ ਪਾਤਸ਼ਾਹ ਹੁਣ ਤਾਂ ਨੇੜੇ ਹੋ ਕੇ ਸੁਣਨੀ ਕਿਤੇ ਉਹੀ ਮੇਰੇ ਵਾਲੀ ਉਹ ਨਾ ਹੋ ਜਾਵੇ ਰਾਣੋ ਮੇਰੇ ਜ਼ੋਰ ਦਾ ਮੂੰਹ ਦੇਖ ਹੀ ਲਵੇ। ਉਹ ਤੂੰ ਫਿਕਰ ਕਿਉਂ ਕਰਦੀ ਆ ਭੈਣ ਮੇਰੀਏ ਝਮੇਲ ਸਿਉਣੇ ਨਵਾਂ ਝਮੇਲਾ ਪਾਤਾ। ਹੋਰ ਸੁਣ ਮੈਂ ਕਰਦਾ ਵੀਰੂ ਦੀ ਧੌਣ ਫੜ ਕੇ ਨਾ ਰਾਣੋ ਮੂਹਰੇ ਕਰ ਦੇਣਾ। ਰਾਣੋ ਲੈ ਭਾਬੀ ਦੀਏ ਭੈਣੇ ਤੂੰ ਲੱਗ ਜਾ ਮੇਰੇ ਕਹਿਣੇ ਭਾਬੀ ਨੇ ਤੇਰੇ ਵਾਸਤੇ ਦੁੱਧ ਭੇਜਿਆ ਪੀਲਾ। ਦਿਲਾਂ ਵਿੱਚ ਰਹਿ ਗਏ ਦੂਰ ਜਾਣ ਵਾਲੇ ਜਿੰਦੇ ਜਾਨ
ਵੀ ਕਰ ਲਾ ਉਹਦੇ ਭਾਈ ਤੇ ਵਿਸ਼ਵਾਸ ਉਹਨੇ ਤਾਂ ਆਪਣਾ ਬਾਂਦਰ ਹੀ ਲੰਡਾ ਕਰਾ ਕੇ ਰੱਖਤਾ ਹੁਣ ਮੇਰਾ ਕੀ ਬਣੂ ਮੇਰਾ ਕਰਤਾ ਵਸਣ ਤੋਂ ਪਹਿਲਾਂ ਹੀ ਟੁੱਟ ਗਿਆ ਵੇ ਤੂੰ ਘਰ ਵਸਾਉਣ ਨੂੰ ਫਿਰਦਾ ਮੇਰਾ ਤਾਂ ਬਸਿਆ ਵਸਾਇਆ ਘਰ ਉੱਜੜ ਗਿਆ ਕੀ ਬਣੂਗਾ ਮੇਰਾ ਹੁਣ ਭਾਬੀ ਮੁੜ ਆਪਣਾ ਕੀ ਹੋਣਾ ਹੁਣ ਤਾਂ ਆਪਾਂ ਨੂੰ ਸਾਧ ਬਣਨਾ ਪਊਗਾ ਕੰਨ ਚ ਮੁੰਦਰਾਂ ਹੱਥ ਚ ਕੌਲਾ ਕਰਿਆ ਕਰਾਂਗੇ ਮੌਲਾ ਮੌਲਾ ਹੁਣ ਆਪਣਾ ਇਸ ਘਰ ਚੋਂ ਦਾਣਾ ਪਾਣੀ ਮੁੱਕ ਗਿਆ ਚੱਲ ਚੱਲੀਏ ਭਾਬੀ ਕਿਸੇ ਡੇਰੇ ਤੇ ਬਹਿੰਦੇ ਆ ਬਹਿ ਜਾ ਸਾਲਾ ਦਾਣਾ ਪਾਣੀ ਮੁੱਕ ਗਿਆ ਮੇਰੇ ਹੁੰਦੇ ਦਾਣਾ ਪਾਣੀ ਚਮੇਲ ਸਿਓ ਪਾਉਂਦਾ ਕੋਈ ਨਵਾਂ ਚਮੇਲਾ ਭੈਣ ਮੇਰੀ ਵੀਰਿਆ ਬਸ ਕਰ ਹੁਣ ਤੂੰ ਸਾਡੇ ਉੱਤੇ ਹੋਰ ਕਹਿਰ ਨਾ ਕਮਾਈ ਤੇਰੇ ਚਮੇਲੇ ਨੇ ਤਾਂ ਸਾਨੂੰ ਬੁਰੀ ਤਰ੍ਹਾਂ ਪੱਟ ਕੇ ਰੱਖ ਦਿੱਤਾ ਅਸੀਂ ਹੁਣ ਹੋਰ ਦੁੱਖ ਨਹੀਂ ਸਹਿ ਸਕਦੇ ਸਾਡਾ ਤਾਂ ਦੁੱਖਾਂ ਨੇ ਬੁਰਾ ਹਾਲ ਹੀ ਕਰਕੇ ਰੱਖਤਾ ਕੋਈ ਨਹੀਂ ਭੈਣ ਮੇਰੀ ਤੂੰ ਐਂ ਕਰ ਚਮੇਲ ਸੋਨੂੰ ਇੱਕ ਹੋਰ ਮੌਕਾ ਦੇ ਮੈਂ ਨਾ ਕੋਈ ਨਵਾਂ ਚਮੇਲਾ ਤੂੰ ਕਰੂੰਗਾ ਕੀ जे राणू ने बाई नू प्राणनाथ मान लिया आपा क्यों राज रोड़ा बनना मैं ता सबर ही कर लू नाले भी प्यार ता प्यारे हुंदे हुण जे मेरा पति परमेश्वर ਰਾਣੋ ਦੇ ਨਾਲ ਪਿਆਰ ਦੀਆਂ ਪਿੰਗਾਂ ਝੂਟਣੇ ਲੱਗ ਪਿਆ ਫਿਰ ਮੈਂ ਕੌਣ ਹੁੰਨੀ ਐ ਵੀ ਦਰਖਤ ਤੇ ਚੜ ਕੇ ਰਸਤਾ ਵੱਡਾ ਨਾਲੇ ਪੈਣੇ ਪਰਾਉਣਾ ਤਾਂ ਪਰਾਉਣਾ ਹੀ ਐ ਤੇਰਾ ਹੋਵੇ ਚਾਹੇ ਆਪਣੀ ਰਾਣੋ ਦਾ ਹੋਵੇ ਨਾਲੇ ਪੈਣੇ ਮੇਰੀ ਤਾਂ ਹੋਰ ਰਹਿ ਆ ਆਪਾਂ ਤਾਂ ਪਰਾਉਣੇ ਦੇ ਵਿਆਹ ਚ ਭੰਗੜੇ ਪਾਵਾਂਗੇ ਮੁਰਗੇ ਖਾਵਾਂਗੇ ਚੜਕਾ ਖਾਵਾਂਗੇ ਦਾਰੂ ਪੀਵਾਂਗੇ ਐਵੇਂ ਪਰਾਉਣਾ ਗੁੱਸਾ ਨਾ ਹੋ ਜੇ ਵੀ ਇਹਨੇ ਮੇਰੇ ਸਾਲੇ ਨੇ ਖੁਸ਼ੀ ਨਹੀਂ ਮਨਾਈ ਮੇਰੀ ਭਲਾ ਨਾ ਪੀਪੇ ਵਾਲੀ ਫੈਕਟਰੀ ਨੂੰ ਜਿੰਦਰਾ ਲੱਗ ਜੇ ਸਾਲਾ ਮੈਂ ਪਰਾਉਣੇ ਨੂੰ ਘੋੜੀ ਜੋੜੀ ਜ਼ਰੂਰ ਪਾਊਂਗਾ ਮੇਰਾ ਭਾਈ ਨਾਲ ਵੀ ਥੋੜਾ ਬਹੁਤਾ ਪਿਆਰ ਤਾਂ ਹੈਗਾ ਹੀ ਆ ਮੈਂ ਤਾਂ ਉਹਦਾ ਕੰਨਿਆ ਲਾਣ ਆਪਦੇ ਹੱਥੀ ਕਰੂੰਗਾ ਆਪਣੇ ਘਰ 'ਚ ਮੇਰੇ ਤੋਂ ਬਿਨਾਂ ਹੋਰ ਹੈਗਾ ਵੀ ਕੌਣ ਆ ਵੱਡਾ ਸਹੀ ਗੱਲ ਭਈ ਤੁਸੀਂ ਇੰਨਾ ਕੁਛ ਕਰਦੇ ਹੋ ਤੇ ਮੇਰਾ ਵੀ ਤਾਂ ਕੋਈ ਫਰਜ਼ ਬਣਦਾ ਏ ਕਿਵੇਂ ਹੈ ਮੈਂ ਵੀ ਆਪਣੇ ਹੱਥੀ ਸੇਰੇ ਸਜਾਉਂਗੀ ਭੈਣ ਬਣ ਕੇ ਭੈਣਾ ਬਣਦੀਆਂ ਹੁੰਦੀਆਂ ਨੇ ਜਮਾ ਠੀਕ ਹੈ ਭਾਬੀ ਜਾਓ ਜਾਓ ਮੈਂ ਜਾਣਾ ਓਏ ਖੜ ਜਾ ਓਏ ਸਾਲਿਆ ਖੜ ਜਾ ਉੱਠੀਆਂ ਸਕੀਮਾਂ ਦੇਣ ਵਾਲਿਆ ਰਾਣੋ ਲੱਗਦਾ ਹੁਣ ਇਹਨਾਂ ਨੂੰ ਸੱਚ ਦੱਸਣਾ ਹੀ ਪਊਗਾ ਕਿਤੇ ਸਾਲੇ ਹੋਰ ਨਾ ਕੋਈ ਚੰਦ ਚੜਾ ਦੇਣ ਆਹੋ ਭੈਣੇ ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਮੈਨੂੰ ਨਹੀਂ ਪਤਾ ਸੀ ਕਿ ਤੂੰ ਜੀਜਾ ਜੀ ਤੇ ਇੰਨਾ ਸ਼ੱਕ ਕਰਦੀ ਹੈ ਤੇ ਆਪਣੇ ਸ਼ੱਕ ਦੇ ਵਿੱਚ ਸਾਧੂਆਂ ਦੇ ਡੇਰਿਆਂ ਤੱਕ ਵੀ ਚਲੀ ਜਾਏਗੀ ਇਸੇ ਕਰਕੇ ਅਸੀਂ ਇਹ ਸਭ ਕੁਝ ਕੀਤਾ ਹਾਂ ਹਾਂ ਇਸੇ ਕਰਕੇ ਅਸੀਂ ਇਹ ਸਾਰਾ ਡਰਾਮਾ ਖੇਡਿਆ ਕੀ ਤੁਸੀਂ ਸਮਝ ਸਕੋ ਕਿ ਪਿਆਰ ਦੀ ਨੀਂਹ ਤਾਂ ਇੱਕ ਵਿਸ਼ਵਾਸ ਤੇ ਖੜੀ ਹੁੰਦੀ ਹੈ ਨਾਲੇ ਤਾਂ ਇਹ ਸੋਚ ਕੇ ਮਿਲਿਆ ਵੀ ਰਾਣੋ ਵਾਸਤੇ ਮੈਂ ਇੰਨਾ ਗੰਦਾ ਸੋਚ ਸਕਦਾ ਨਹੀਂ ਨਹੀਂ ਰਾਣੋ ਤਾਂ ਮੇਰੀਆਂ ਭੈਣਾਂ ਵਰਗੀ ਹੈ ਓਏ ਛੋਟਿਆ ਓਏ ਸਾਲਿਆ ਇਹ ਤਾਂ ਬਗਾਨਾ ਖੂਨ ਸੀ ਤੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਇਹ ਤਾਂ ਸ਼ੱਕੀ ਸੁਭਾਅ ਦਾ ਹੈਗਾ ਹੀ ਹੈ ਆਪਦੀ ਭੈਣ ਨਾਲ ਦਾ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਛੋਟਿਆ ਤੈਂ ਤਾਂ ਮੇਰਾ ਦਿਲ ਹੀ ਤੋੜਤਾ ਨਾ ਨਾ ਬਾਈ ਮੈਨੂੰ ਮਾਫ ਕਰ ਦੇ ਬਾਈ ਮੈਨੂੰ ਵੀ ਮਾਫ ਕਰ ਦਿਓ ਜੀ ਮੇਰੇ ਸ਼ੱਕ ਦਾ ਬਲੱਡ ਪ੍ਰੈਸ਼ਰ ਇੰਨਾ ਵੱਧ ਗਿਆ ਸੀ ਕਿ ਮੈਂ ਤੋਂ ਸੰਭਲੇ ਹੀ ਨਹੀਂ ਗਿਆ ਮੈਨੂੰ ਮਾਫ ਕਰ ਦੇ ਭਰੋਈਆ ਮੈਨੂੰ ਵੀ ਉਹ ਗੱਲ ਸੁਣ ਸਾਲਾ ਸਾਹਿਬ ਤੂੰ ਮੇਰੇ ਤੋਂ ਵੱਡਾ ਹੈ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਨਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਊਂ ਵੇਖਿਆ ਝਮੇਲ ਸਿਉਂ ਦਾ ਦਿਮਾਗ ਦੇਖੋ ਕਈਆਂ ਨੂੰ ਝਮੇਲੇ 'ਚੋਂ ਕੱਢ ਲੈਂਦਾ ਤੇ ਕਈਆਂ ਨੂੰ ਝਮੇਲੇ 'ਚ ਪਾ ਦਿੰਦਾ ਪਰ ਵੀਰੇ ਇਹ ਗੱਲ ਦੱਸ
किताबां चकदे रहे नाले दाने चोरी करते रहे हैं। मैं भी आख्या साले कोल इहदे कोल किहड़ा मंत्र आ गया, इहदा तवीत किहड़ा काम करना पिया। मैनूं फिर शक हो गया भी ये ड्रामा करदे आ तुसीं। ओ चलो छड्डो चलो छड्डो छोटिया, राणो तेरी पसंद सी तेरी ही रहूगी, चल फिर इधर नूं जा। लै भैणे तेरा घर बसदा हो ते मैं जाना। ना वीरे, अरे दो चार दिन रुक के जाई। ना ना भैने, मेरा उत्थे पीपियां दी फैक्ट्री दा एडा वड्डा काम है बंद, हुण मैं नहीं छेती छेती आउंदा, मैं परसों आ जाऊं।